بسم الله الرحمن الرحيم سلام بخير تمام دوستان والسلام عليكم جناب تونو باہر دی سیر کرانے ہیں جی دو ترہ سال ہو گئے کیا فائدہ ہے بڑا فائدہ ہے فل وے ہیں جو ہیں دے کیسے سونے ہیں جی کتنی بیماریاں دور کرتا ہے جوان بڑی شاہ ہے ڈیلی بندہ ہی پیا کھائے تو بندے بیماریاں نہیں لگدیاں آبادی ختم ہو جاندی ہے جی باہر آ جاندے نے باہر جی اتھے تے بندہ مولیاں گونگلو پیا کھائے تو وہی بچت ہے جی اور اس کی بچت ہے جی ਜਿਹੜਾ ਜਿਹੜਾ ਪੱਠੇ ਪਿਆ ਪਾਉਂਦਾ ਹੈ ਤੇ ਨਿਹਰਾ ਤੇਲ ਹੈ ਨਾ ਪੂਰੀ ਸੱਟਿਆ ਤੇ ਬਾਲਟਾ ਬਾਲਟਾ ਦੁੱਧ ਦਾ ਕੱਢਦੀਆਂ ਜਾ ਨੇ ਬੀ ਪਿਆ ਸੁਣਾ ਫਲ ਪੈ ਗਏ ਆ ਸਰੀ ਨੂੰ ਫਲ ਜੀ ਆ ਸਫਾਈ ਕਰਾਂ ਲੱਗੀਆਂ ਕਾਹ ਦੀ ਸਫਾਈ ਕਰਦੇ ਹੋਵੇ ਪਿਓ ਪੁੱਤਰ ਚੱਲ ਆ ਆ ਆ ਚੜੀਏ ਯਾਰ ਪੱਠਿਆਂ ਦੀ ਸਫਾਈ ਹੋ ਰਹੀ ਆ ਰਗੜਾ ਮਗੜਾ ਉੱਥੇ ਆ ਕੇ ਸੱਪ ਬੜਾ ਵੱਡਾ ਹੈ ਕਿੱਥੇ ਉਹ ਉੱਥੇ ਨਿਕਲਿਆ ਮੈਂ ਖਲੋ ਗਿਆ ਤੇ ਉਹ ਵੀ ਖਲੋ ਗਿਆ ਸੱਪ ਵੀ ਮੈਂ ਤਾਂ ਮਾਰੇ ਕਦੇ ਨਹੀਂ ਤੇ ਉਹ ਰਾਮਨ ਦੇ ਨੌਕਰ ਨੂੰ ਆਵਾਜ਼ ਮਾਰਿਆ ਤੇ ਉਹ ਕਹਿੰਦਾ ਮੈਂ ਕਿਆਰਾਬਾਦ ਗਿਆ ਉਹ ਕੁ ਅੱਧਾ ਘੰਟਾ ਉਹਨੇ ਕਿਆਰੇ ਤੇ ਲਾਇਆ ਉਹ ਲੰਮਾ ਪਿਆ ਰਿਹਾ ਸੱਪ ਉੱਥੇ ਪਰ ਵਲਾਇਤ ਨੂੰ ਆਵਾਜ਼ ਮਾਰਿਆ ਤੇ ਵਲਾਇਤ ਜਨਾਬ ਉਹਦੇ ਕੋਲ ਸੋਟੀ ਕੋ ਨਹੀਂ ਤੇ ਉਹ ਸ਼ਿਸ਼ਕੜੀ ਜੀ ਲੈ ਕੇ ਆਇਆ ਜੋ ਵੀ ਵਲਾਇਤ ਨੇੜੇ ਆਇਆ ਤੇ ਉਹ ਟੁਰ ਕੇ ਤੇ ਵੜ ਗਿਆ ਤੁਰ ਪਿਆ ਗਾ ਉਹ ਵੜ ਗਿਆ ਉਹਦੇ ਵਿੱਚ ਡੱਬ ਵਿੱਚ ਜਿੰਨਾ ਚਿਰ ਮੈਂ ਉੱਥੇ ਖੜਾ ਰਿਹਾ ਉਹ ਖੜਾ ਰਿਹਾ ਬਿਲਕੁਲ ਨਹੀਂ ਹਲਿਆ ਵਾ ਉਹਨੂੰ ਪਤਾ ਇਹਨੇ ਕਿਹੜਾ ਮਾਰਨਾ ਤੇ ਉਹ ਜਨਾਬ ਜੋ ਵੀ ਵਲਾਇਤ ਆਇਆ ਪਰ ਉਹਦੇ ਮੋਟਾ ਵੀ ਆ ਕੁਛ 7 ਕੁ ਫੁੱਟ ਆ ਲੰਮਾ ਬੜੀ ਬਲਾ ਸੀ ਤੇ ਮੇਰੇ ਮੂੰਹ ਅੱਗੇ ਆ ਗਿਆ ਯਕਦਮ ਮੈਂ ਹਾਂ ਆਪਣੇ ਧਿਆਨ ਨਹੀਂ ਪਿਆ ਆਉਂਦਾ ਮੈਂ ਉੱਥੇ ਕਾਲਾ ਸ਼ਾਹ ਜਿਉਂ ਮੈਂ ਮਾਰਿਆ ਨਾ ਧਿਆਨ ਇੰਜ ਰਵਾਲ ਗਾ ਇੱਥੇ ਮੈਂ ਛਾਲ ਮਾਰ ਕੇ ਇੰਜ ਹੋ ਕੇ ਤੇ ਬੰਨੇ ਚੜ ਗਿਆ ਆ ਉਹਦੀ ਵਧੀ ਕਿਉਂ ਪਾਸੇ ਪਾਣੀ ਲਾਏ ਹਾਂ ਜਾ ਜਾ